ਇਸ ਵਕਤ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨੌਕਰੀਆਂ ਤੇ ਕਿਸਾਨਾਂ ਲਈ ਕੁਝ ਵੀ ਕਹਿਣ ਨੂੰ ਸ਼ਬਦ ਨਹੀਂ ਹੈ। ਦੇਸ਼ ਕੇ ਸਾਹਮਣੇ ਸਭ ਸੇ ਬੜਾ ਮੁੱਦਾ ਬੇਰੁਜ਼ਗਾਰੀ ਔਰ ਜੋ ਨਰਿੰਦਰ ਮੋਦੀ ਨੇ ਹਿੰਦੁਸਤਾਨ ਕੀ ਇਕੋਨਮੀ ਕੋ ਨਸ਼ਟ ਕੀਆ ਹੈ, ਡਿਸਟਰੋਏ ਕੀਆ ਹੈ, ਇਹ ਸਭ ਸੇ ਬੜਾ ਮੁੱਦਾ ਹੈ ਔਰ ਦੇਸ਼ ਪ੍ਰਾਈਮ ਮਿਨਿਸਟਰ ਸੇ ਸਮਝਣਾ ਚਾਹਤਾ ਹੈ। ਰਾਹੁਲ ਗਾਂਧੀ ਜ਼ਰੂਰ ਸਮਝਣਾ ਚਾਹਤਾ ਹੈ, ਮਗਰ ਰਾਹੁਲ ਗਾਂਧੀ ਕੋਈ ਦੇਸ਼ ਕੇ ਸਾਹਮਣੇ ਕੁਛ ਨਹੀਂ ਹੈ। ਦੇਸ਼ ਪੁੱਛ ਰਿਹਾ ਹੈ ਕਿ ਨਰਿੰਦਰ ਮੋਦੀ ਜੀ ਆਪਣੇ ਹਮੇ ਕਹਾ ਥਾ 2 ਕਰੋੜ ਯੁਵਾਓਂ ਸੇ ਆਪਣੇ ਕਹਾ ਥਾ ਕਿ ਸਾਲ ਮੇਂ ਰੋਜ਼ਗਾਰ ਦੇਂਗੇ ਔਰ ਆਜ ਹਿੰਦੁਸਤਾਨ ਮੇਂ 45 ਸਾਲ ਸੇ ਸਬਸੇ ਜ਼ਿਆਦਾ ਬੇਰੁਜ਼ਗਾਰੀ ਹੈ। ਕਾਂਗਰਸ ਪਾਰਟੀ ਕੇ ਮੈਨੀਫੈਸਟੋ ਮੇਂ ਏਕ ਪੂਰਾ ਚੈਪਟਰ, ਫਸਟ ਚੈਪਟਰ, ਪਹਿਲਾ ਚੈਪਟਰ ਜੋਬਸ ਕਾ ਹੈ, ਰੋਜ਼ਗਾਰ ਕਾ ਹੈ। ਇਸ ਮੇਂ ਹਮਨੇ ਪੂਰੀ ਲਿਸਟ ਬਣਾ ਰੱਖੀ ਹੈ, ਹਮ ਕਰੇਂਗੇ ਕਿਆ, ਕੈਸੇ ਕਰੇਂਗੇ, ਨਿਆਇ ਯੋਜਨਾ ਕਾ ਕਿਆ ਫਾਇਦਾ, ਔਰ ਪੂਰਾ ਲਿਖਾ ਹੁਆ ਹੈ। ਨਰਿੰਦਰ ਮੋਦੀ ਜੀ ਰੋਜ਼ਗਾਰ ਕੇ ਬਾਰੇ ਮੇਂ ਏਕ ਸ਼ਬਦ ਨਹੀਂ ਕਹਤੇ। ਕਿਉਂ ਨਹੀਂ ਕਹਤੇ? ਕਿਉਂਕਿ ਕਹਿ ਨਹੀਂ ਸਕਤੇ, ਹੈ ਹੀ ਨਹੀਂ, ਨਾ ਕੋਈ ਪਲਾਨ ਹੈ ਔਰ ਨਾ ਕੋਈ ਰੈਕੋਰਡ।